ਜੋ ਜਿੰਨੀ ਮੈਨੂੰ ਖੁਸ਼ੀ ਹੁੰਦੀ ਹੈ ਪੰਜਾਬ ਆ ਕੇ ਮਤਲਬ ਇੰਨੀ ਮੈਂ ਬlesed ਫੀਲ ਕਰਦੀ ਹਾਂ ਕਿ ਇੱਥੇ ਪੰਜਾਬ ਆਉਣ ਦਾ ਮੌਕਾ ਮਿਲਦਾ ਉਹ ਵੀ ਕੰਮ ਲਈ ਕੈਨੇਡਾ ਹੁੰਦੇ ਸੀ ਇਹਦਾ ਸਾਲ ਚ ਮੈਂ ਵੀ ਇੱਕ ਵਾਰੀ 2 ਸਾਲ ਚ ਇੱਕ ਵਾਰੀ ਜਦੋਂ ਪੂਰੀ ਫੈਮਿਲੀ ਲੈ ਕੇ ਅਸੀਂ ਆਉਣਾ ਤਾਂ ਮੇਰੀ ਮੰਮੀ ਰੈਡੀ ਨੇ ਸਾਨੂੰ ਲੈ ਕੇ ਆਉਣਾ ਪਰ ਹੁਣ ਵੀ ਮੇਰੇ ਮੰਮੀ ਪਾਪਾ ਬਹੁਤ ਜਲਸ ਹੁੰਦੇ ਆ ਉਹ ਕਹਿੰਦੇ ਨੇ ਜੀ ਬਹੁਤ ਜ਼ਿਆਦਾ ਲੱਕੀਆਂ ਕਿ ਤੈਨੂੰ ਇੰਨਾ ਜਾਂਨ ਦਾ ਮੌਕਾ ਮਿਲਦਾ ਜਦੋਂ ਤੁਸੀਂ ਆਣਾ ਹੁੰਦਾ ਲਿਸਟ ਪਹੁੰਚ ਜਾਂਦੇ ਤੁਹਾਡੇ ਕੋਲ ਕੀ ਮਰਲੀ ਆਸਮਾਨ ਲੈ ਕੇ ਆਣਾ ਹੈ ਸਾਰਿਆਂ ਤੋਂ ਹੀ ਹੁਣ ਹੁਣ ਮੈਂ ਐਕਚੁਅਲੀ ਇੰਨੀ ਵਾਰੀ ਆ ਗਈ ਇਸ ਸਾਲ ਹੁਣ ਇਸ ਵਾਰੀ ਕਿਸੇ ਨੇ ਨਹੀਂ ਕੁਝ ਵੀ ਮੰਗਿਆ ਕੁਝ ਵੀ ਨਹੀਂ ਮੰਗਿਆ ਹਾਂ ਜਿਵੇਂ ਲਾ ਤਾਂ ਪਹਿਲੀ ਦੋ ਵਾਰੀ ਉਹਨਾਂ ਨੇ ਕਸਰ ਪੂਰੀ ਕਰਦੀ ਸੀ ਨਾ ਮੈਂ ਤਾਂ ਪੂਰੇ ਟੈਚੀ ਭਰ ਕੇ ਲੈ ਕੇ ਜਾਣੇ ਹਾਂ ਕੋਈ ਜ਼ਿਆਦਾ ਡਿਮਾਂਡਾ ਕਰਦਾ ਮੇਰੇ ਦੋਸਤ ਹੀ ਕਰਦੇ ਆ ਜੀ ਹਾਂਜੀ ਜਿਹੜੇ ਇੱਥੋਂ ਵੈਸੇ ਇੱਥੋਂ ਪੰਜਾਬ ਤੋਂ ਗਏ ਹੋਏ ਆ ਨਾ ਉਹਨਾਂ ਨੂੰ ਹੁੰਦਾ ਹੈ ਤੇ ਉਹਨਾਂ ਦੀ ਜਾਂ ਉਹਨਾਂ ਨੇ ਕੁਝ ਭੇਜਣਾ ਹੁੰਦਾ ਫੈਮਿਲੀ ਲਈ ਤੇ ਮੇਰੀ ਮੰਮੀ ਨੂੰ ਤੇ ਹੀ ਹੁੰਦਾ ਕਿ ਸੂਟ ਵਗੈਰਾ ਲਿਆਈ ਮੇਰੇ ਲਈ ਮੈਂ ਉਹਨੂੰ ਦਿੱਤੇ ਹੋਇਆ ਸੂਟ ਉੱਥੋਂ ਚੱਕ ਲਈ ਮੇਰਾ ਸੀਣਾ ਦਿੱਤਾ ਹੋਇਆ ਜਾਂ ਮੈਂ ਉਹਨੂੰ ਕਹਤਾ ਤਾਂ ਡੈਡੀ ਨੂੰ ਹੁੰਦਾ ਕਿ ਮਠਾਈ ਲਿਆਈ ਮੇਰੇ ਲਈ ਸਕੂਨ ਜਦੋਂ ਮੈਂ ਜਦੋਂ ਆਪਦੀ ਫੈਮਿਲੀ ਨਾਲ ਹੁੰਨੀ ਆ ਜੀ ਤੇ ਜਦੋਂ ਆਪਦੇ ਦੋਸਤਾਂ ਨਾਲ ਹੁੰਨੀ ਆ ਹੁਣ ਮੇਰੀ ਕਜ਼ਨ ਵੀ ਆਈ ਹੋਈ ਆ ਮੇਰੇ ਨਾਲ ਤਾਂ ਅਸੀਂ ਜਦੋਂ ਇਕੱਠੀਆਂ ਹੁੰਦੀਆਂ ਆ ਤੇ ਹੁਣ ਇੰਟਰਵਿਊ ਤੋਂ ਬਾਅਦ ਵੀ ਜਾਂ ਕਿਤੇ ਵੀ ਕੰਮ ਤੋਂ ਬਾਅਦ ਕੋਈ ਵੀ ਕੰਮ ਹੋਵੇ ਆਈ ਥਿੰਕ ਉਹ ਤੋਂ ਬਾਅਦ ਤੁਹਾਨੂੰ ਆਪਣੀ ਦੋਸਤਾਂ ਨਾਲ ਰਹਿਣਾ ਜਾਂ ਫੈਮਿਲੀ ਨਾਲ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ ਉੱਥੋਂ ਹੀ ਅਸਲੀ ਤੁਹਾਨੂੰ ਜਦੋਂ ਖੁਸ਼ੀ ਮਿਲਦੀ ਆ ਆਈ ਥਿੰਕ ਜੇ ਤੁਸੀਂ ਆਪਣੇ ਉਨੂੰ ਜ਼ਿਆਦਾ ਸੀਰੀਅਸਲੀ ਲੈ ਲੈਂਦੇ ਹੋ ਕਿ ਮੈਂ ਐਕਟ੍ਰੈਸ ਆ ਤੇ ਮੈਂ ਇਦਾਂ ਕਰਨਾ ਚਾਹੀਦਾ ਉਦੋਂ ਫਿਰ ਤੁਹਾਨੂੰ ਇਹ ਚੋ ਵੀ ਮਜ਼ਾ ਆਉਣਾ ਹਟ ਜਾਣਾ ਹੈ ਸੋ ਤੁਹਾਨੂੰ ਮੈਨੂੰ ਲੱਗਦਾ ਬੈਲੈਂਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਜ ਉਹ ਵੀ ਬਹੁਤ ਘੱਟ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਤੁਸੀਂ ਵੀ ਰਹਿੰਦੇ ਹੋ ਕਿ ਤੁਸੀਂ ਕੋਈ ਪਲਾਨਿੰਗ ਕੀਤੀ ਹੈ ਕਿ ਜਿਹੜੇ ਜਿਹੜੇ ਬੰਦਾ ਮੇਰੇ ਨਾਲ ਸ਼ੁਰੂਆਤ ਕਰੇਗਾ ਨਾ ਉਹਨਾਂ ਆ ਰੂਲਸ ਫੋਲੋ ਕਰਨੇ ਪੈਣਗੇ ਇਹ ਬੰਦੀ ਕੋਈ ਗੱਲ ਨਹੀਂ ਹੈਗੀ ਪਤਾ ਨਹੀਂ ਮੈਨੂੰ ਕਿਉਂ ਇੰਨਾ ਔਖਾ ਲੱਗਦਾ ਆ ਮੈਨੂੰ ਮਤਲਬ ਮੈਨੂੰ ਤਾਂ ਕੈਪਸ਼ਨ ਲੈ ਕੈਪਸ਼ਨ ਲਿਖਣਾ ਬੜਾ ਔਖਾ ਲੱਗਦਾ ਮੈਨੂੰ ਟੈਗ ਕਰਨਾ ਪਤਾ ਨਹੀਂ ਕਿਉਂ ਮੈਨੂੰ ਇੰਨੀ ਆਲਸੀ ਹਾਂ ਇਸ ਕੰਮ ਦੇ ਵਿੱਚ ਬਟ ਮੈਂ ਥੋੜੀ ਜਿਹੀ ਕੋਸ਼ਿਸ਼ ਕਰਦੀ ਹੁਣ ਮੇ ਵੀ ਸੋਚਿਆ ਕਿ ਫਿਲਮ ਤੋਂ ਬਾਅਦ ਵੀ ਮੈਂ ਥੋੜੀ ਜਿਹੀ ਹੋਰ ਪੋਸਟਾਂ ਪਾਵਾਂ ਜੀ ਮੈਨੂੰ ਤਿਆਰ ਹੋਣ ਦਾ ਤਾਂ ਬਿਲਕੁਲ ਸ਼ੌਂਕ ਨਹੀਂ ਹੈਗਾ ਤੁਸੀਂ ਕਿਸੇ ਨੂੰ ਵੀ ਵਾਚੋ ਮੈਨੂੰ 1% ਵੀ ਮਤਲਬ ਹੈ ਨੀਗਾ ਵਾਲਾ ਉਹ ਨਹੀਂ ਹੁੰਦਾ ਹੈਗਾ ਕਿ ਜਿੱਦਾਂ ਕੁੜੀਆਂ ਨੂੰ ਹੁੰਦਾ ਨਾ ਤਿਆਰ ਹੋਣ ਦਾ ਪਰ ਚੂੜਾ ਮੈਂ ਇੰਨੀ ਵਾਰੀ ਹੁਣ ਪਾ ਲਿਆ ਕਿ ਸਮ ਟਾਈਮਸ ਦਰਨਟੀ ਦੇ ਵਿੱਚ ਜਦੋਂ ਮੇਰਾ ਸ਼ਾਰਟ ਨਹੀਂ ਹੁੰਦਾ ਸੀ ਮੈਂ ਸੌ ਜਾਂਦੀ ਹੁੰਦੀ ਸੀ ਸਸਿਕਾ ਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੂਪਸ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕਰ ਉਮੀਦ ਕਰਦੀ ਹਾਂ ਸਾਰੇ ਜਾਨੇ ਠੀਕ ਠਾਕ ਹੋਵੋਗੇ 15 ਮਾਰਚ ਨੂੰ ਫਿਲਮ ਆ ਰਹੀ ਹੈ ਚਾਟਨੂ ਚਰੇਲ ਟਕਰੀ ਤੇ ਫਿਲਮ ਤੋਂ ਇੱਕ ਬਹੁਤ ਖੂਬਸੂਰਤ ਪਰੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਫਿਲਮ ਦੇ ਰਿਲੇਟਿਡ ਸਸਿਕਾ ਲ ਸਸਿਕਾ ਲ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਤੁਸੀਂ ਦੱਸੋ ਬ अच्छा प्रमोशनस ਕਰ ਰਹੇ ਹੋ ਹਨ ਤੁਸੀਂ ਮੈਨੂੰ ਲੱਗਦਾ ਹੈ ਸੈਕਿੰਡ মুਵੀ ਹੈ ਜਿਹੜੀ ਤੁਸੀਂ ਪ੍ਰੋਮੋਸ਼ਨ ਦੇ ਵਿੱਚ ਆ ਪਾ ਰਹੇ ਹੋ ਤੇ ਕਿੰਨਾ ਕਿ ਇੰਜੋਏ ਕਰ ਰਹੇ ਹੋ ਇਸ ਪਾਰਟ ਨੂੰ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਜੀ ਮੈਂ ਪਹਿਲਾਂ ਮਤਲਬ ਅਗੇਨ ਜਿਹਦਾ ਪਹਿਲੀ ਫਿਲਮ ਨਹੀਂ ਕਰ ਰਹੀ ਸੀ ਪਰਿੰਦਾਲੀ ਤੇ ਹੁਣ ਸੈਕਿੰਡ ਟਾਈਮ ਕਰ ਰਹੇ ਹਾਂ ਤਾਂ ਥੋੜਾ ਹੌਲੀ ਹੌਲੀ ਯੂਸ ਟੂ ਹੋ ਰਹੀ ਹੈ ਜੀ ਮੀਡੀਆ ਨਾਲ ਇੰਟਰੈਕਟ ਕਰਨਾ ਵੀ ਥੋੜਾ ਥੋੜਾ ਯੂਸ ਟੂ ਹੋ ਰਹੀ ਹੈ ਸੋ ਵਧੀਆ ਲੱਗ ਰਿਹਾ ਜੀ ਅੱਛਾ ਬੈਸਟ ਪਾਰਟ ਕੀ ਲੱਗਦਾ ਹੈ ਬੱਸ ਰੋ ਸਵੇਰੇ ਤਿਆਰ ਹੋਣਾ ਹੀ ਸੂਟ ਪਾ ਕੇ ਤਿਆਰ ਹੋ ਜਾਂਦੇ ਆ ਵਧੀਆ ਲੱਗਦਾ ਵਧੀਆ ਲੱਗਦਾ ਹੁਣ ਵੀ ਤੁਹਾਨੂੰ ਦੇਖ ਲਓ ਮੱਖੀ ਪਰੇਸ਼ਾਨ ਕਰ ਰਹੀ ਹੈ ਹਾਂ ਨਾ ਸੱਚੀ ਦੂਜੀ ਚ ਵੀ ਗੱਲ ਰਹੀ ਸੀ ਕੋਈ ਨਾ acha pari ਤੁਸੀਂ ਹਾਂ ਨਾ ਜਿੱਦਾਂ ਫਿਲਮ ਦੇ ਵਿੱਚ ਕਿ ਪਰੀ ਪਹਿਲੀ ਵਾਰ ਟੱਕਰੀ ਆ ਤੇ ਕਿਵੇਂ ਦਾ ਲੱਗਾ ਕਿਉਂਕਿ ਇੱਕ ਚੁੜੇਲ ਸਰਗੁਨ ਮਹਿਤਾ ਉਹਨਾਂ ਦਾ ਕੈਰੈਕਟਰ ਪਲੇ ਕਰ ਰਹੇ ਤੇ ਤੁਸੀਂ ਪਰੀ ਆਪਣੇ ਆਪ ਨੂੰ ਇੰਟਰੋਡਿਊਸ ਕਰਵਾਇਆ ਟ੍ਰੇਲਰ ਚ ਵੀ ਦੇਖਿਆ ਤੇ ਕਿਵੇਂ ਦਾ ਮਹਿਸੂਸ ਹੋਇਆ ਤੇ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਪਰੀ ਕਿੰਨੇ ਗਿਆ ਮੈਨੂੰ ਤਾਂ ਕਿਸੇ ਨੇ ਨਹੀਂ ਕਿਹਾ ਸੀ ਪਰ ਅੱਜ ਤੱਕ ਤਮੇ ਆਪਣੀ ਆਪ ਨੂੰ ਹੀ ਕਹਤਾ ਫਿਲਮ ਦੇ ਵਿੱਚ ਉਹ ਇਹ ਤੁਹਾਨੂੰ ਪਤਾ ਲੱਗੂਗਾ 15 ਮਾਰਚ ਨੂੰ ਕਿ ਉਹ ਸੱਚੀ ਪਰੀ ਹੈਗੀ ਹੈ ਜਾਂ ਨਹੀਂ ਕਿ ਉਹ ਵਿਛੜੇਲੀ ਹੈ 15 ਮਾਰਚ ਨੂੰ ਜ਼ਰੂਰ ਦੇਖਣ ਜਾਇਓ ਜੀ ਖੈਲਾ ਨਹੀਂ ਰਿਵੀਲ ਕਰਨਾ ਅੱਛਾ ਇਹ ਪੋਸਟਰ ਮੈਂ ਕਾਫੀ ਦੇਰ ਤੋਂ ਬੈਠੀ ਸੀ ਦੇਖ ਰਹੀ ਸੀ ਤੁਸੀਂ ਬੜੇ ਪਿਆਰ ਨਾਲ ਕਿ ਪਿੱਛੇ ਨੂੰ ਹਨਾ ਇਹਦਾ ਫੜਿਆ ਹੋਇਆ ਤੇ ਉਹਨਾਂ ਨੇ ਪੂਰਾ ਬੰਨਿਆ ਹੋਇਆ ਤੇ ਉਦੋਂ ਕੀ ਸਿਚੁਏਸ਼ਨ ਚੱਲ ਰਹੀ ਸੀ ਜਦੋਂ ਇਹ ਪੋਸਟਰ ਸ਼ੂਟ ਹੋਇਆ ਇਹ ਪੋਸਟਰ ਵੈਸੇ ਐਕਚੁਅਲੀ ਇਹ ਸ਼ੂਟ ਦੇ ਦੌਰਾਨ ਨਹੀਂ ਸੀ ਅਸੀਂ ਸੈਪਰੇਟਲੀ ਸ਼ੂਟ ਕੀਤੀ ਹੋਈ ਆ ਹਾਂਜੀ ਤਾਂ ਮਤਲਬ ਇਹਦੇ ਵਿੱਚ ਥੋੜਾ ਥੋੜਾ ਰਿਵੀਲ ਹੁੰਦਾ ਕਿ ਕੀ ਹੋ ਸਕਦਾ ਆ ਬਟ ਇਹ ਪੋਸਟਰ ਤੇ ਤੁਸੀਂ ਸਿਰਫ ਇਹਦੇ ਤੇ ਨਾ ਜਾਇਓ ਇਹ ਤੁਹਾਨੂੰ ਫਿਲਮ ਦੇਖਣੀ ਪਊਗੀ ਕਿ ਬਾਕੀ ਕੀ ਹੁੰਦਾ ਇਹਦੇ ਵਿੱਚ ਮੱਖੀ ਆ ਗਈ ਦੇਖ ਲਓ ਹਨਾ ਇਹ ਫੰਦੇ ਵਿੱਚ ਤੁਸੀਂ ਕੀਤਾ ਹੁਣੇ ਤੁਹਾਨੂੰ ਕਰ ਰਹੀ ਹਾਂਜੀ ਸਹੀ ਗੱਲ ਹੈ ਜੀ ਤੇ ਫਿਲਮ ਦਾ ਟ੍ਰੇਲਰ ਦੇਖਿਆ ਬਾ ਕਮਾਲ ਟ੍ਰੇਲਰ ਜਿੰਨੇ ਵੀ ਮੈਂ ਕਮੈਂਟ ਪੜੇ ਆ ਨਾ ਮਤਲਬ ਸਾਰੇ ਪੋਜ਼ਿਟਿਵ ਸਾਰੇ ਕਹਿ ਰਹੇ ਆ ਜੋ ਕੰਮ ਇਸ ਟੀਮ ਨੇ ਕੀਤਾ ਨਾ ਤਿਗੜੀ ਨੇ ਕੀਤਾ ਟ੍ਰੇਲਰ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਵਿੱਚ ਇਹ ਕੋਈ ਨਹੀਂ ਕਰ ਸਕਦਾ ਤੇ ਰੂਪੀ ਗਿੱਲੋ ਇੰਨੇ ਜ਼ਿਆਦਾ ਲਾਈਵ ਕੰਪਲੀਮੈਂਟ ਮਿਲ ਰਿਹਾ ਜਦੋਂ ਟ੍ਰੇਲਰ ਲਾਂਚ ਹੋਇਆ ਸੀਗਾ ਯੂਨੀਵਰਸਿਟੀ ਦੇ ਵਿੱਚ ਤੁਸੀਂ ਗਏ ਇੰਨਾ ਪਿਆਰ ਰੂਪੀ ਨੂੰ ਮਿਲਣ ਨੂੰ ਮਿਲਿਆ ਮੰਜੇ ਦੇ ਉੱਤੇ ਬਿਠਾ ਕੇ ਐਂਟਰੀ ਹੋਈ ਤੇ ਉਹ ਕੀ ਫੀਲਿੰਗ ਸੀ ਰੂਪੀ ਗਿੱਲ ਨੇ ਬਹੁਤ ਜ਼ਿਆਦਾ ਵਧੀਆ ਫੀਲਿੰਗ ਸੀ ਜੀ ਮੈਂ ਇੰਨਾ ਐਕਸਪੈਕਟ ਨਹੀਂ ਕੀਤਾ ਸੀਗਾ ਪਰ ਕਿਤੋਂ ਵੀ ਆਪਾਂ ਉਧੇ ਹੀ ਲੱਗਦਾ ਹੁੰਦਾ ਸੀ ਮੈਨੂੰ ਬਹੁਤ ਵਧੀਆ ਲੱਗਿਆ ਉਦੋਂ ਡਰ ਲੱਗ ਰਿਹਾ ਸੀ ਇੰਨੇ ਲੋਕਾਂ ਦੇ ਸਾਹਮਣੇ ਖੜ ਕੇ ਬੋਲਣਾ 110% ਜੀ ਤੁਸੀਂ ਮੈਨੂੰ ਮਤਲਬ ਪੁੱਛੋ ਜਿਹੜੀ ਮੇਰੀ ਉਹ ਤਾਂ ਮੇਰੀ ਕਜ਼ਨ ਸੀਗੀ ਨਾਲ ਤੇ ਅਸੀਂ ਗੱਡੀ ਦੇ ਵਿੱਚ ਹੀ ਸੀਗੇ ਤੇ ਮੈਂ ਮੇਰੇ ਤਾਂ ਹੱਥ ਕੰਬ ਰਹੇ ਸੀਗੇ ਕਿਉਂਕਿ ਮੈਂ ਪਹਿਲਾਂ ਕਦੇ ਸਟੇਜ ਤੇ ਤਾਂ ਗਈ ਨਹੀਂ ਸੋ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਪਰ ਉੱਥੇ ਜਾ ਕੇ ਜੋ ਰਿਸਪੌਂਸ ਮਿਲੇ ਆ ਤਾਂ ਉਹਦੇ ਨਾਲ ਦੇ ਮਤਲਬ ਥੋੜਾ ਜਿਹਾ ਹੌਸਲਾ ਆਇਆ ਮੈਨੂੰ ਹੌਸਲਾ ਮਿਲਿਆ ਵਧੀਆ ਲੱਗਾ ਜੀ ਤੇ ਰੂਪੀ ਜਿਹੜੀ ਤੁਹਾਡੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਸਟਰੋਂਗ ਹੈ ਨਾ ਤੁਸੀਂ ਜਿੱਦਾਂ ਹੋ ਐਕਚੁਅਲ ਦੇ ਵਿੱਚ ਤੁਹਾਨੂੰ ਇਦਾਂ ਹੀ ਦੇਖਣਾ ਪਸੰਦ ਕਰਦੇ ਆ ਤੁਹਾਡੀ ਸਾਦਗੀ ਨੂੰ ਇੰਨਾ ਜ਼ਿਆਦਾ ਪਿਆਰ ਮਿਲਦਾ ਹੈ ਤੇ ਰੂਪੀ ਗਿਲ ਜਿੱ ਉਹਨਾਂ ਤੋਂ ਤੁਸੀਂ ਖੁਸ਼ ਚੀਜ਼ ਦਾ ਅਡਾਪਟ ਕੀਤੀਆਂ ਹੋਣ। ਆਈ ਥਿੰਕ ਮੈਂ ਆਪਣੀ ਡੈਡੀ ਵਰਗੀ ਹਾਂ ਤੇ ਬਟ ਇਹ ਮੈਨੂੰ ਲੱਗਦਾ ਇਹ ਛੋਟੇ ਹੁੰਦੀ ਤੋਈ ਮੈਂ ਇਦਾਂ ਦੀ ਹੀ ਹਾਂ ਪਰ ਕਿਉਂਕਿ ਮੈਂ ਪੰਜਾਬ 'ਚ ਰਹੀ ਹਾਂ ਛੋਟੇ ਹੁੰਦੀ ਤੇ ਮੈਂ ਆਪਣੇ ਦਾਦਾ ਦਾਦੀ ਜੀ ਨਾਲ ਰਹੀ ਹਾਂ ਉਹਨਾਂ ਨੇ ਹੀ ਮਤਲਬ ਮੈਨੂੰ ਪਾਲਿਆ ਆ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਕਾਫੀ ਮੈਂ ਕ੍ਰੈਡਿਟ ਦੇਣਾ ਚਾਹੂੰਗੀ ਜੀ। ਉਹਨਾਂ ਤੋਂ ਮਤਲਬ ਕਾਫੀ ਕੁਝ ਸਿੱਖਿਆ ਤਾਂ ਹੀ ਰੂਬੀ ਦੀ ਪੰਜਾਬੀ ਵੀ ਇੰਨੀ ਸੋਹਣੀ ਹੈ ਪੰਜਾਬੀ ਜੀ ਮੈਂ ਸਾਰੀ ਉਹਨਾਂ ਤੋਂ ਹੀ ਸਿੱਖੀ ਹੋਈ ਹੈ ਮੇਰੇ ਦਾਦਾ ਦਦੀ ਜੀ ਜੀ ਤੇ ਹੁਣ ਜਦੋਂ ਤੁਸੀਂ ਕੈਨੇਡਾ ਚੱਲ ਜਾਂਦੇ ਹੋ ਨਾ ਪ੍ਰੋਮੋਸ਼ਨ ਦੇ ਕਰਕੇ ਤੁਹਾਨੂੰ ਮੂਵੀਜ਼ ਦੇ ਕਰਕੇ ਬਾਰ ਬਾਰ ਪੰਜਾਬ ਆਣ ਦਾ ਮੌਕਾ ਮਿਲਦਾ ਹੈ ਤੇ ਖੁਸ਼ੀ ਹੁੰਦੀ ਹੈ ਕਿ ਹੁਣ ਮੈਨੂੰ ਮਤਲਬ ਕਿ ਮਹੀਨੇ 'ਚ ਜਿੱਥੇ ਮੈਂ ਅੱਗੇ ਸਾਲ 'ਚ ਇੱਕ ਵਾਰੀ ਆਣੀ ਸੀ ਹੁਣ ਮਹੀਨੇ 'ਚ ਇੱਕ ਵਾਰੀ ਆਣ ਦਾ ਮੌਕਾ ਮਿਲ ਰਿਹਾ ਤੁਸੀਂ ਪੁੱਛੋ ਨਾ ਜੀ ਮੈਨੂੰ ਕਿੰਨਾ ਸੌਰੀ ਤੁਹਾਡੀ ਗੱਲ ਕੱਟੀ ਮੈਂ ਮਤਲਬ ਜਿੰਨੀ ਮੈਨੂੰ ਖੁਸ਼ੀ ਹੁੰਦੀ ਹੈ ਪੰਜਾਬ ਆ ਕੇ ਮਤਲਬ ਇੰਨੀ ਮੈ ਬਲੈਸਡ ਫੀਲ ਕਰਦੀ ਆ ਕਿ ਇੱਥੇ ਪੰਜਾਬ ਆਉਣ ਦਾ ਮੌਕਾ ਮਿਲਦਾ ਉਹ ਵੀ ਕੰਮ ਲਈ ਤੇ ਉਹ ਵੀ ਫਿਲਮਜ਼ ਲਈ ਸੋ ਬਹੁਤ ਵਧੀਆ ਲੱਗਦਾ ਜੀ ਮਤਲਬ ਕਿਥੇ ਜਦੋਂ ਅਸੀਂ ਉਧਰ ਮਤਲਬ ਜੋ ਕੈਨੇਡਾ ਹੁੰਦੇ ਸੀਗਾ ਤਾਂ ਸਾਲ ਚ ਮੀ ਵੀ ਇੱਕ ਵਾਰੀ 2 ਸਾਲ ਚ ਇੱਕ ਵਾਰੀ ਜਦੋਂ ਪੂਰੀ ਫੈਮਿਲੀ ਲੈ ਕੇ ਅਸੀਂ ਆਉਣਾ ਤਾਂ ਮੇਰੀ ਮੰਮੀ ਰੈਡੀ ਨੇ ਸਾਨੂੰ ਲੈ ਕੇ ਆਉਣਾ ਪਰ ਹੁਣੇ ਵੀ ਮੇਰੇ ਮੰਮੀ ਪਾਪਾ ਬਹੁਤ ਜਲਸ ਹੁੰਦੇ ਆ ਉਹ ਕਹਿੰਦੇ ਹੁੰਦੇ ਆ ਬਹੁਤ ਜ਼ਿਆਦਾ ਲੱਕੀयां ਕਿ ਤੈਨੂੰ ਇੰਨਾ ਜਾਣ ਦਾ ਮੌਕਾ ਮਿਲਦਾ ਜੀ ਤੇ ਜਦੋਂ ਤੁਸੀਂ ਆਣਾ ਹੁੰਦਾ ਲਿਸਟ ਪਹੁੰਚ ਜਾਂਦੇ ਤੁਹਾਡੇ ਕੋਲ ਕੀ ਮਰਲੇ ਆਸਮਾਨ ਲੈ ਕੇ ਆਣਾ ਸਾਰਿਆਂ ਤੋਂ ਹੀ ਹੁਣ ਤਾਂ ਹੁਣ ਮੈਂ ਐਕຊਲੀ ਇੰਨੀ ਵਾਰੀ ਆ ਗਈ ਇਸ ਸਾਲ ਹੁਣ ਇਸ ਵਾਰੀ ਕਿਸੇ ਨੇ ਨਹੀਂ ਕੁਝ ਵੀ ਮੰਗਿਆ ਕੁਝ ਵੀ ਨਹੀਂ ਹਾਂ ਜੀ ਮੈਨੂੰ ਤਾਂ ਪਹਿਲੀ ਦੋ ਵਾਰੀ ਉਹਨਾਂ ਨੇ ਕਸਰ ਪੂਰੀ ਕਰਤੀ ਨਾ ਮੈਂ ਤਾਂ ਪੂਰੇ ਟੈਚੀ ਭਰ ਕੇ ਲੈ ਕੇ ਜਾਣੇ ਹਾਂ ਕੌਣ ਜ਼ਿਆਦਾ ਡਿਮਾਂਡਾ ਕਰਦਾ ਮੇਰੇ ਦੋਸਤ ਹੀ ਜਾਂਦੇ ਆ ਜੀ ਹਾਂਜੀ ਜਿਹੜੇ ਇੱਥੋਂ ਵੈਸੇ ਇੱਥੋਂ ਪੰਜਾਬ ਤੋਂ ਗਏ ਹੋਏ ਆ ਨਾ ਉਹਨਾਂ ਨੂੰ ਹੁੰਦਾ ਹੈ ਤੇ ਉਹਨਾਂ ਦੀ ਜਾਂ ਉਹਨਾਂ ਨੇ ਕੁਝ ਭੇਜਣਾ ਹੁੰਦਾ ਫੈਮਿਲੀ ਲਈ ਤੇ ਮੇਰੀ ਮੰਮੀ ਨੂੰ ਤੇ ਹੀ ਹੁੰਦਾ ਕਿ ਸੂਟ ਵਗੈਰਾ ਲਿਆਈ ਮੇਰੇ ਲਈ ਮੈਂ ਉਹਨੂੰ ਦਿੱਤੇ ਹੋਇਆ ਸੂਟ ਉੱਥੋਂ ਚੱਕ ਲਈ ਮੇਰਾ ਸੀਣਾ ਦਿੱਤਾ ਹੋਇਆ ਜਾਂ ਮੈਂ ਉਹਨੂੰ ਕਹਤਾ ਤਾਂ ਡੈਡੀ ਨੂੰ ਹੁੰਦਾ ਕਿ ਮਠਾਈ ਲਿਆਈ ਮੇਰੇ ਲਈ ਜੀ ਰੂਪੀ ਜਿਹੜੇ ਆਰਟਿਸਟਸ ਦੀ ਲਾਈਫ ਹੁੰਦੀ ਬਹੁਤ ਭੱਜ ਦੌੜ ਵਾਲੀ ਹੁੰਦੀ ਹੈ ਹਨਾ ਮਤਲਬ ਕਿ ਕੰਮ ਹੁੰਦਾ ਆਪਣੇ ਫੈਮਲੀਆਂ ਤੋਂ ਦੂਰ ਰਹਿਣਾ ਪੈਂਦਾ ਲੇਕਿਨ ਕਿਤਨੇ ਕਿਤੇ ਕ ਆਰਟਿਸਟ ਵੀ ਆਪਣੀ ਜ਼ਿੰਦਗੀ ਦੇ ਵਿੱਚ ਪੀਸ ਚ سکون ਜਦੋਂ ਮੈਂ ਜਦੋਂ ਆਪਦੀ ਫੈਮਲੀ ਨਾਲ ਹੁੰਨੀ ਆ ਜੀ ਤੇ ਜਦੋਂ ਆਪਦੇ ਦੋਸਤਾਂ ਨਾਲ ਹੁੰਨੀ ਆ ਹੁਣ ਮੇਰੀ ਕਜ਼ਨ ਵੀ ਆਈ ਹੋਈ ਹੈ ਮੇਰੇ ਨਾਲ ਤਾਂ ਅਸੀਂ ਜਦੋਂ ਇਕੱਠੀਆਂ ਹੁੰਨੀ ਆਏ ਆ ਤੇ ਹੁਣ ਇੰਟਰਵਿਊ ਤੋਂ ਬਾਅਦ ਵੀ ਜਾਂ ਕਿਤੇ ਵੀ ਕੰਮ ਤੋਂ ਬਾਅਦ ਕੋਈ ਵੀ ਕੰਮ ਹੋਵੇ ਆਈ ਥਿੰਕ ਉਹ ਤੋਂ ਬਾਅਦ ਤੁਹਾਨੂੰ ਆਪਣੀ ਦੋਸਤਾਂ ਨਾਲ ਰਹਿਣਾ ਜਾਂ ਫੈਮਿਲੀ ਨਾਲ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ ਉੱਥੋਂ ਹੀ ਅਸਲੀ ਤੁਹਾਨੂੰ ਜਦੋਂ ਖੁਸ਼ੀ ਮਿਲਦੀ ਆ ਆਈ ਥਿੰਕ ਜੇ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਸੀਰੀਅਸਲੀ ਲੈ ਲੈਂਦੇ ਹੋ ਕਿ ਮੈਂ ਐਕਟਰੈਸ ਆ ਤੇ ਮੈਂ ਇਦਾਂ ਕਰਨਾ ਚਾਹੀਦਾ ਉਦੋਂ ਫਿਰ ਤੁਹਾਨੂੰ ਇਹ ਚੋ ਵੀ ਮਜ਼ਾ ਆਉਣਾ ਹਟ ਜਾਣਾ ਹੈ ਸੋ ਤੁਹਾਨੂੰ ਮੈਨੂੰ ਲੱਗਦਾ ਬੈਲੈਂਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜ ਫੈਮਿਲੀ ਨੂੰ ਵੀ ਪ੍ਰੋਪਰ ਟਾਈਮ ਦੇਵੇ ਕਿਉਂਕਿ ਤੁਸੀਂ ਤਾਂ ਸਭ ਨਾਲ ਮਿਲਦੇ ਜੁਲਦੇ ਹੋ ਤੇ ਆਪਣੀ ਆਰਟਿਸਟ ਲਾਈਫ ਨੂੰ ਵੀ ਇੱਕ ਅੱਛੇ ਤਰੀਕੇ ਨਾਲ ਮੇਨਟੇਨ ਕਰਕੇ ਰੱਖਿਆ ਵੈਸੇ ਤਾਂ ਸਾਰੇ ਪੰਜਾਬੀ ਆਰਟਿਸਟ ਜਿਹੜਾ ਨਾਲ ਵੀ ਗੱਲਬਾਤ ਕਰਦੇ ਬਹੁਤ ਚੰਗੇ ਆ ਬਟ ਫੇਵਰਿਟ ਉਹਨਾਂ ਨੇ ਕਿ ਸਾਡਾ ਆਈਡਲ ਅਸੀਂ ਮੰਨ ਲੈਂਦੇ ਕਿ ਇਹਨੇ ਸਭ ਕੁਝ ਕਿੰਨੇ ਚੰਗੇ ਤਰੀਕੇ ਨਾਲ ਬੈਲੈਂਸ ਕੀਤਾ ਤੇ ਕਿਸੇ ਵੀ ਚੀਜ਼ 'ਚ ਕੋਈ ਪ੍ਰੋਬਲਮ ਨਹੀਂ ਆ ਰਹੀ ਆਈ ਥਿੰਕ ਅਮ ਰਿੰਦਰ ਗਿੱਲ ਸਰ ਉਹ ਇੰਨਾ ਜਿਆਦਾ ਮਤਲਬ ਬੈਲੈਂਸ ਕਰਕੇ ਰੱਖਦੇ ਆ ਆਪਣੀ ਲਾਈਫ ਉਹ ਇੰਨੇ ਮਤਲਬ ਅਮਿੰਦਰ ਗਿੱਲ ਸਰ ਹੋਗੇ ਸਰਗੁਣ ਵੀ ਹੋਗੇ ਗਿੱਪੀ ਸਰ ਵੀ ਹੋਗੇ ਮਤਲਬ ਜਿਨ੍ਹਾਂ ਨੂੰ ਆਈ ਥਿੰਕ ਮੈਂ ਮਿਲੀ ਆ ਜਿਨ੍ਹਾਂ ਦੇ ਮਤਲਬ ਔਰਾ ਜਿਨ੍ਹਾਂ ਦਾ ਵੀ ਜਿਹੜੀ ਵੀ ਮਤਮਿੰਦ ਕਰਕੇ ਮਤ ਜਿਨ੍ਹਾਂ ਔਰਾ ਵੱਡਾ ਉਹ ਹਰ ਇੱਕ ਉਹਨਾਂ ਨੂੰ ਮੇਨਟੇਨ ਕਰਕੇ ਉਹਨਾਂ ਨੇ ਰੱਖਿਆ ਹੋਇਆ ਜੀ ਜੀ ਅਮਰਿੰਦਰ ਗਿੱਲ ਦੇ ਨਾਲ ਤੁਸੀਂ ਸ਼ੁਰੂਆਤ ਕੀਤੀ ਹਨਾ ਤੇ ਉਹ ਵੀ ਬਹੁਤ ਘੱਟ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਤੁਸੀਂ ਵੀ ਰਹਿੰਦੇ ਹੋ ਕੀ ਤੁਸੀਂ ਕੋਈ ਪਲਾਨਿੰਗ ਕੀਤੀ ਹੈ ਕਿ ਜਿਹੜੇ ਜਿਹੜੇ ਬੰਦਾ ਮੇਰੇ ਨਾਲ ਸ਼ੁਰੂਆਤ ਕਰੇਗਾ ਨਾ ਉਹਨਾਂ ਆ ਰੂਲਸ ਫੋਲੋ ਕਰਨੇ ਪੈਣਗੇ ਇਹ ਗੇਲੇ ਸੀ ਸੇਮ ਸੇਮ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਨੂੰ ਵੈਸੇ ਹੀ ਔਖਾ ਲੱਗਦਾ ਬਹੁਤ ਜ਼ਿਆਦਾ ਮਤਲਬ ਐਕਟਿਵ ਰਹਿਣਾ ਬਟ ਹੁਣ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਹੋਰ ਹੁਣ ਤੁਹਾਡੇ ਜਿੰਨੇ ਵੀ ਮੈਂ ਪੋਸਟ ਦੇਖੀਆਂ ਸਾਰੀਆਂ ਮੂਵੀ ਦੇ ਰਿਲੇਟਿਡ ਸੀ ਹੈ ਨਾ ਤੁਸੀਂ ਰੀਲਸ ਪਾਈਆਂ ਵੈਸੇ ਤਾਂ ਤੁਸੀ ਮਨ ਲੱਗਦਾ ਦੋ ਦੋ ਮਹੀਨੇ ਵੀ ਹੋ ਜਾਣ ਕੋਈ ਪੋਸਟ ਨਹੀਂ ਸੋਸ਼ਲ ਮੀਡੀਆ ਤੇ ਕਾਣੀ ਘ ਪਤਾ ਨਹੀਂ ਮੈਨੂੰ ਕਿਉਂ ਇੰਨਾ ਔਖਾ ਲੱਗਦਾ ਆ ਮੈਨੂੰ ਮਤਲਬ ਮੈਨੂੰ ਤਾਂ ਕੈਪਸ਼ਨ ਕੈਪਸ਼ਨ ਲਿਖਣਾ ਬੜਾ ਔਖਾ ਲੱਗਦਾ ਮੈਨੂੰ ਟੈਗ ਕਰਨਾ ਪਤਾ ਨਹੀਂ ਕਿਉਂ ਮੈਨੂੰ ਇੰਨੀ ਆਲਸੀ ਐ ਇਸ ਕੰਮ ਦੇ ਵਿੱਚ ਬਟ ਮੈਂ ਥੋੜੀ ਜਿਹੀ ਕੋਸ਼ਿਸ਼ ਕਰਦੀ ਹੁਣ ਮੈਂ ਵੀ ਸੋਚਿਆ ਕਿ ਫਿਲਮ ਤੋਂ ਬਾਅਦ ਵੀ ਮੈਂ ਥੋੜੀ ਜਿਹੀ ਹੋਰ ਪੋਸਟਾਂ ਪਾਵਾਂ ਹੂੰ ਤੇ ਕੌਣ ਐਨਕਰੇਜ ਕੌਣ ਕਰ ਰਿਹਾ ਹੈ ਜ਼ਿਆਦਾ ਇਹ ਪੋਸਟਾਂ ਜਿਹੜੀਆਂ ਹੁਣ ਇੱਕਦਮ ਤੋਂ એનર્ਜੀ ਆ ਰਹੀ ਰੂਪੀ ਚ ਕੋਈ ਨਹੀਂ ਕਰ ਰਿਹਾ ਮੈਂ ਹੀ ਸੋਚ ਰਹੀ ਹਾਂ ਕਿ ਮੈਂ ਥੋੜਾ ਜਿਹਾ ਕਰਾਂ ਥੋੜੀ ਪੋਸਟ ਕਰਾਂ ਮੈਨੂੰ ਇੱਕਦਵਾਰ ਹੀ ਨਿਮਰਤ ਨਹੀਂ ਵੀ ਕਿਹਾ ਕਿ ਥੋੜੀ ਜੀ ਐਕਟਿਵ ਹੋ ਤਾਂ ਹੁਣ ਮੈਂ ਥੋੜੀ ਜੀ ਹੁੰਨੀ ਐਕਟਿਵ ਹੋ ਰਹੇ ਆਪਾਂ ਜੀ ਤੇ ਰੀਲਸ ਬਣਾਣਾ ਜਿਹੜੇ ਤੁਸੀਂ ਉਹ ਹਾਈ ਬੂ ਹਾਈ ਬੂ ਉਹ ਬਹੁਤ ਗਾਣਾ ਹਜੇ ਵੀ ਹਨਾ ਟ੍ਰੈਂਡਿੰਗ ਚ ਚੱਲ ਰਿਹਾ ਹੈ ਤੇ ਜਿਹੜੇ ਬਾਲ ਬੂਲ ਪੱਟੇ ਉਸਲੀਚ ਸੀਗਾ ਕਿ ਇਹ ਸਿਰਫ ਸ਼ੂਕ ਸੀ ਉਸਲੀਚ ਸੀ ਉਸਲੀਚ ਜੀ ਮੈਨੂੰ ਸਰਗੁ ਨੇ ਦੱਸਿਆ ਸੀਗਾ ਕਿ Song ਕਣ Song ਕਣ ਵਿੱਚ ਅਸੀਂ ਸਾਰਾ ਅਸਲੀ ਕੀਤਾ ਤੇ ਆਪਾਂ ਵੀ ਉਹੀ ਕਰਾਂਗੇ ਤੇ ਫਿਰ ਉਹਦੇ ਨਾਲ ਫਿਰ ਥੋੜੀ ਜੀ ਤੁਹਾਡੇ ਰਿਐਕਸ਼ਨਸ ਵਗੈਰਾ ਸਾਰੇ ਬੈਸਟ ਆਉਂਦੇ ਆ ਤੇ ਜਦੋਂ ਉਹਨਾਂ ਨੇ ਮੇਰੇ ਬਾਲ ਪੱਟੇ ਪ੍ਰੋਪਰ ਦੇ ਦੋਨਾਂ ਦਾ ਮੂੰਹ ਵੀ ਫੜਿਆ ਆ ਵਿਚਾਰਾਂ ਦਾ ਉਹਨਾਂ ਦਾ ਬਹੁਤ ਜ਼ੋਰ ਦੀ ਫੜ ਲਿਆ ਸੀ ਜਦੋਂ ਉਹ ਕਹਿੰਦੀ ਆ ਹੌਲੀ ਬੋਲ ਕੇ ਕੋਈ ਸੁਣ ਲੂ ਮੈਂ ਉਹਨਾਂ ਦਾ ਮੂੰਹ ਜਦੋਂ ਫੜਿਆ ਸੀਗਾ ਦਾ ਮਤਲਬ ਸਾਰਾ ਕੁਝ ਸਸਲੀ ਸੀਗਾ ਜੀ ਤੇ ਗੱਪੀ ਦੇ ਲੱਗੀ ਕੋਈ ਵਿੱਚ ਇੱਕ ਅੱਦੇ ਇੱਕ ਵਾਰੀ ਉਹਨਾਂ ਦੇ ਮਿਲਦਾ ਲੱਗੀ ਸੀ ਜਦੋਂ ਅਸੀਂ ਮਾਰ ਰਹੇ ਸੀ ਨਾ ਤੇ ਉਹਨਾਂ ਨੇ ਕਿਹਾ ਧਿਆਨ ਨਾਲ ਕਹਿੰਦੇ ਜਦੋਂ ਮੈਂ ਮਾਰੂ ਮੈਂ ਨਾ ਫਿਰ ਤੁਹਾਨੂੰ ਪਤਾ ਲੱਗੂ ਕਿਉਂਕਿ ਅਸੀਂ ਫਲੋ ਚ ਇੰਨੇ ਜਿਆਦਾ ਅਸੀਂ ਮਤਲਬ ਆਗੇ ਸੀਗੇ ਨਾ ਮੈਂ ਤੇ ਸਰਵਿੰਤਾ ਉਹਨਾਂ ਦੇ ਇੱਕ ਇੱਕ ਮਿਲਦਾ ਸ਼ਾਇਦ ਲੱਗੀ ਹੋਊਗੀ ਹਾਂ ਉਹਨਾਂ ਨੇ ਲਾਸਟ ਇੰਟਰਵਿਊ ਦੇ ਵਿੱਚ ਦੱਸਿਆ ਕਿ ਮੇਰੇ ਲੱਗੀ ਵੀ ਮੈਂ ਕਹਤਾ ਜੇ ਮੈਂ ਮਾਰੀ ਨਾ ਯਾ ਉਹਨਾਂ ਨੇ ਕਿਹਾ ਤੇ ਅਚਾ ਹੈਗਰ ਦੋਨਾਂ ਦੋਨਾਂ ਦੇ ਵਿੱਚੋਂ ਤੁਸੀਂ ਇੱਕ ਇੱਕ ਕੁਆਲਿਟੀ ਐਡਾਪਟ ਕਰਨੇ ਕਿਹੜੀ ਹੋएगी ਕੁਆਲਿਟੀ ਮੈਂ ਐਕਚੁਅਲੀ ਜ ਨੇ ਉਹ ਦੋਨੇ ਜਿਆਦਾ ਬਹੁਤ ਜਿਆਦਾ ਮਲਟੀਟਾਸਕਰਸ ਨੇ ਤੇ ਜਿੱਦਾਂ ਉਹ ਐਂਡ ਆਈ ਇਹ ਵੀ ਗੱਲ ਹੈ ਕਿ ਜਿੱਦਾਂ ਤੁਸੀਂ ਮੈਨੂੰ ਪੁੱਛਿਆ ਕਿ ਉਹਨਾਂ ਦੀ ਪਰਸਨਲ ਲਾਈਫ ਉਹਨਾਂ ਨੇ ਬਹੁਤ ਜ਼ਿਆਦਾ ਵਧੀਆ ਮੇਨਟੇਨ ਕਰਕੇ ਰੱਖੀ ਹੋਈ ਹੈ ਤੇ ਉਹਨਾਂ ਦੀ ਜੋ ਟੀਮ ਹੈ ਜਿੱਦਾਂ ਉਹ ਟ੍ਰੀਟ ਕਰਦੇ ਆ ਐਂਡ ਫੈਮਿਲੀ ਵਾਂਗੂ ਰਹਿੰਦੇ ਆ ਸਾਰੇ ਸੋ ਉਹਨਾਂ ਤੋਂ ਮੈਂ ਇਹ ਚੀਜ਼ਾਂ ਬਹੁਤ ਸਿੱਖੀਆਂ ਜੀ ਜੀ ਤੇ ਜਿਵੇਂ ਕਿ ਪੋਸਟਰ ਦੇ ਵਿੱਚ ਵੀ ਰੂਪੀ ਨੇ ਚੂੜਾ ਪਾਇਆ ਹੋਇਆ ਪਿਛਲੀ ਮੂਵੀ ਦੇ ਵਿੱਚ ਵੀ ਬਰਾਇਡਲ ਲੁੱਕ ਦੇ ਵਿੱਚ ਤਿਆਰ ਹੋਏ ਹਨਾ ਸੌਂਗਸ ਵੀ ਕੀਤੇ ਤੁਸੀਂ ਉਹਵੇਂ ਦੇ ਤੇ ਪੰਜਾਬੀ ਕੁੜੀਆਂ ਨੂੰ ਤਾਂ ਵੈਸੇ ਵੀ ਚੂੜਾ ਪਾਣ ਦਾ ਤਿਆਰ ਹੋਣ ਦਾ ਬਹੁਤ ਸ਼ੌਂਕ ਹੁੰਦਾ ਹੈ ਤੁਹਾਨੂੰ ਚੂੜੇ ਨਾਲ ਕਿੰਨਾ ਕੁ ਪਿਆਰ ਹੈ ਜੀ ਮੈਨੂੰ ਤ 1% ਵੀ ਮਤਲਬ ਹੈ ਨਹੀਂਗਾ ਵਾਲਾ ਉਹ ਨਹੀਂ ਹੁੰਦਾ ਹੈਗਾ ਕਿ ਜਦੋਂ ਕੁੜੀਆਂ ਨੂੰ ਹੁੰਦਾ ਨਾ ਤਿਆਰ ਹੋਣ ਦਾ ਪਰ ਚੂੜਾ ਮੈਂ ਇੰਨੀ ਵਾਰੀ ਹੁਣ ਪਾ ਲਿਆ ਕਿ ਸਮ ਟਾਈਮਸ ਦਾ ਨੀਟੀ ਦੇ ਵਿੱਚ ਜਦੋਂ ਮੇਰਾ ਸ਼ਾਰਟ ਨਹੀਂ ਹੁੰਦਾ ਸੀ ਮੈਂ ਸੌ ਜਾਂਦੀ ਹੁੰਦੀ ਸੀ ਤੇ ਚੂੜਾ ਲਾ ਕੇ ਸੌ ਜਾਂਦੀ ਹੁੰਦੀ ਸੀ ਫਿਰ ਮੈਨੂੰ ਨੀਂਦ ਦੇ ਵਿੱਚ ਹੀ ਮੈਨੂੰ ਪਤਾ ਕਿ ਐਗਜ਼ੈਕਟ ਕਿੱਦਾਂ ਦਾ ਨੀਂਦ ਤੁਸੀਂ ਉੱਠਦੇ ਹੋ ਤੁਸੀਂ ਪਾ ਕੇ ਚਲੋ ਫੇਰ ਸ਼ੂਟ ਕੈਨ ਚੱਲ ਜਾਂਦੀ ਹੈ ਤਾਂ ਮੈਂ ਇੰਨੀ ਵਾਰੀ ਪਾ ਲਿਆ ਆ ਤਾਂ ਮੈਨੂੰ ਹੁਣ ਮਤਲਬ ਪੂਰਾ ਮੈਨੂੰ ਲੱਗਦਾ ਮੈਨੂੰ ਵਿਆਹ ਲਈ ਦੇਣ ਵੀ ਉਹ ਫੀਲਿੰਗ ਨਹੀਂ ਆਣੀ ਮੈਨੂੰ ਇਹ ਲੱਗਣਾ ਕਿ ਸ਼ੂਟ ਤੇ ਹੀ ਆਪਾਂ ਅੱਛਾ ਜਦੋਂ ਫਸਟ ਟਾਈਮ ਅਰੂਪੀ ਨੇ ਚੂੜਾ ਪਾਇਆ ਸੀ ਉਹ ਫੀਲਿੰਗ ਕੀ ਸੀਗੀ ਆ ਤੁਹਾਡੇ ਮਦਰ ਨੇ ਪਹਿਲੀ ਫੋਟੋ ਤੁਹਾਡੀ ਚੂੜੇ ਵਾਲੀ ਦੇਖੀ ਹੋएगी ਤਾਂ ਉਹਨਾਂ ਦੇ ਕੀ ਰਿਐਕਸ਼ਨ ਸੀ ਮੈਨੂੰ ਹੁਣ ਯਾਦ ਨਹੀਂ ਮੈਨੂੰ ਲੱਗਦਾ ਬਹੁਤ ਟਾਈਮ ਪਹਿਲਾਂ ਪਾਇਆ ਸੀ ਮੈਨੂੰ ਲੱਗਦਾ ਆਈ ਥਿੰਕ ਅਖਿਲ ਦਾ ਇੱਕ ਗਾਣਾ ਕੀਤਾ ਸੀ ਉਹ ਉਹਦੇ ਵਿੱਚ ਮੈਂ ਪਾਇਆ ਸੀਗਾ ਉਦੋਂ ਤਾਂ ਮੈਂ ਮਤਲਬ ਪੂਰਾ ਚਾਸ ਨਹੀਂ ਮੈਨੂੰ ਕਿ ਹਾਏ ਮੇਰਾ ਛਾ ਇਦਾਂ ਤੇ ਹੁਣ ਤਾਂ ਇੰਨੀ ਵਾਰੀ ਪਾ ਲਿਆ ਕਿ ਹੁਣ ਤਾਂ ਯੂਸ ਟੂ ਹੋ ਗਈ ਹੈ ਜੀ ਹੁਣ <laughs> <laughs> जी बी जी पी क्या थी जी जी बी गुरनाम पुलित हो 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 خیر ਬੋਲੋ ਕੰਮ ਕਰਕੇ ਪੁੱਲ ਗੇ ਆਈਓਡ ਮੈਂ ਇੰਨਾ ਨਹੀਂ ਯਾਦ ਰੱਖਿਆ ਨਿਸ਼ਲ ਜ਼ੋਨਾ ਨਾਲ ਹਾਂਜੀ ਕੋਈ ਮੈਸੇਜ ਦੇਣਾ ਚਾਹੁੰਦੇ ਗੁਰਨਾਮ ਨੂੰ ਨਹੀਂ ਹਾਂ ਕਿੱਦਾਂ ਹੈ ਲੋਕ ओके पीवी पीवी ਹਮ ਪੁਲਮੀਸ਼ ਵਰਮਾ ਹਮ ਇਹ ਤਾਂ ਬਹੁਤ ਈਜ਼ੀ ਹੈ ਏ ਜੀ ਅਮੇਂਦਰ ਗਿਲਜੀ ਬੇਰੀ ਨਾਈਸ ਤੇ ਆਡੀਅנס ਨੂੰ ਤਾਂ ਵੈਸੇ ਪਤਾ ਹੀ ਹੈ 15 ਮਾਰਚ ਨੂੰ ਫਿਲਮ ਆ ਰਹੀ ਹੈ ਤੇ ਫੇਰ ਵੀ ਕੁਝ ਅਗਰ ਕਹਿਣਾ ਚਾਹੁੰਦੇ ਹੋ ਤਾਂ ਬਸ ਇਹ ਜੀ ਸਾਡੀ ਫਿਲਮ ਆ ਰਹੀ ਹੈ 15 ਮਾਰਚ ਨੂੰ ਜੱਟ ਨੂੰ ਚੜੇਲ ਤਕਰੀਬ ਪਲੀਜ਼ ਜਰੂਰ ਦੇਖਣ ਜਾਇਓ ਆਪਣੀ ਫੈਮਲੀਆਂ ਨਾਲ ਬੱਚਿਆਂ ਨੂੰ ਲੈ ਕੇ ਜਰੂਰ ਦੇਖਣ ਜਾਇਓ ਆਈ ਪ੍ਰੋਮਿਸ ਤੁਸੀਂ ਡਿਸਪਾਇੰਟ ਨਹੀਂ ਹੋਵੋਗੇ ਤੇ ਤੁਹਾਨੂੰ ਬਹੁਤ ਵਧੀਆ ਲੱਗੂਗੀ ਜੀ ਤੇ ਬਾਕੀ ਜਿੰਨਾ ਤੁਸੀਂ ਪਿਆਰ ਦੇ ਰਹੇ ਹੋ ਤੇ ਜਿੰਨਾ ਇਹ ਤੋਂ ਪਹਿਲਾਂ ਵੀ ਦਿੱਤਾ ਹੋਇਆ ਉਹਦੇ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਮੈਮ ਥੈਂਕ ਯੂ ਜੀ